ਪੰਜਾਬੀਆਂ ਨੂੰ ਰਿਕੁਐਸਟ ਕੀਤੀ ਜਾਂਦੀ ਆ ਕਿ ਇੱਥੇ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਆ ਬੰਨ ਦੇ ਉੱਤੇ ਬਹੁਤ ਮਾੜੀ ਆ, ਸਰਕਾਰ ਵੱਲੋਂ ਇੱਥੇ ਗੇੜੇ ਕੱਢੇ ਜਾਂਦੇ ਆ ਪਰ ਕੋਈ ਮਦਦ ਨਹੀਂ ਮਿਲ ਰਹੀ। ਸੋ ਇਸ ਕਰਕੇ ਸਮੁੱਚੇ ਪੰਜਾਬੀਆਂ ਨੂੰ ਸਪੈਸ਼ਲੀ ਸੁਲਤਾਨਪੁਰ ਲੋਧੀ ਦੇ ਨੇੜੇ ਲੱਗਦੇ ਏਰੀਆ ਜਿਹੜੇ ਹੈਗੇ ਆ, ਸ਼ਾਹਕੋਟ ਲੋਹੀਆ ਏਰੀਆ, ਜਿੱਥੇ ਬੰਨ ਚਾਰ ਜਗ੍ਹਾ ਤੋਂ ਟੁੱਟਿਆ ਹੋਇਆ ਆ ਅਤੇ ਅਸੀਂ ਹੁਣ ਆਰਮੀ ਦੇ ਨਾਲ ਮਿਲ ਕੇ ਬੰਨ ਬੰਨ ਰਹੇ ਹਾਂ। ਮਿੱਟੀ ਦੇ ਗੱਟੇ ਵੱਧ ਤੋਂ ਵੱਧ ਲੈ ਕੇ ਲੋਕ ਇੱਥੇ ਪਹੁੰਚਦੇ ਕਰਨ, ਅਤੇ ਵੱਧ ਤੋਂ ਵੱਧ ਮੈਨ ਪਾਵਰ ਦੀ ਲੋੜ ਆ ਕਿਉਂਕਿ ਪਾਣੀ ਦਾ ਵਹਿਣ ਆ ਜਿਹੜਾ ਇਹ ਰੁਕ ਨਹੀਂ ਰਿਹਾ। ਹਾਲਾਤ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਦਿਖਾਏ ਆ, ਹੁਣ ਵੀ ਮੈਂ ਸਪੈਸ਼ਲੀ ਸਿਰਫ ਬੇਨਤੀ ਕਰਨ ਲਈ ਆਈ ਹਾਂ ਅਤੇ ਸਾਰਿਆਂ ਨੂੰ ਬੇਨਤੀ ਆ ਜੀ। ਮੈਂ ਦੁਬਾਰਾ ਸਿਚੁਏਸ਼ਨ ਦਿਖਾ ਦਿੰਦੀ ਹਾਂ ਵੀ ਕਿੱਦਾਂ ਦੇ, ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਹੀ ਹੋਣਾ ਆ, ਜਿਵੇਂ ਦੇ ਗੱਟੇ ਚੱਕ ਕੇ ਮਿੱਟੀ ਦੇ ਅਸੀਂ ਉਹ ਸਿੱਟ ਰਹੇ ਸੀਗੇ। ਸੋ ਇੱਥੇ ਵੱਧ ਤੋਂ ਵੱਧ ਮਿੱਟੀ ਦੇ ਗੱਟੇ ਪਹੁੰਚਾਉਣ ਦੀ ਕੋਸ਼ਿਸ਼ ਕਰੋ। ਜੇ ਸਰਕਾਰ ਜਾਵੇ ਤਾਂ ਇੱਕ ਦਿਨ 'ਚ ਬੰਨ ਬੰਨਿਆ ਜਾ ਸਕਦਾ, ਪਰ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲ ਰਹੀ ਹੈਗੀ। ਸੋ ਸਮੁੱਚੇ ਪੰਜਾਬੀ ਵੀਰਾਂ ਨੂੰ ਬੇਨਤੀ ਆ, ਕਿਉਂਕਿ ਤੁਹਾਡੇ ਸਹਿਯੋਗ ਨਾਲ ਹੀ ਇਹ ਸਾਰਾ ਕੁਝ ਹੋਣਾ ਆ, ਅਤੇ ਜਿੰਨੇ ਵੀ ਹੋ ਸਕਦੇ ਇੱਥੇ ਜੀ ਮਿੱਟੀ ਦੇ ਗੱਟੇ, ਹੈ ਨਾ, ਮਿੱਟੀ ਦੇ ਗੱਟੇ ਲੈ ਕੇ ਆਓ। ਬਾਕੀ ਕੈਸੇ ਸਰ, ਫੌਜੀ ਸਾਹਿਬ ਬਤਾਈਏ ਕਿਆ ਕਿਆ ਚਾਹੀਏ? ਪੱਥਰ ਪੱਥਰ ਚਾਹੀਏ, ਠੀਕ ਹੈ, ਇਨਸੇ ਜ਼ਿਆਦਾ ਬੈਟਰ ਪੱਥਰ, ਜਿਤਨੇ ਟਰੈਕਟਰ ਪੱਥਰ ਲੈ ਕੇ ਆ ਸਕਦੇ। ਹਾਂ, ਮਿੱਟੀ ਗੱਟਿਆਂ 'ਚ ਭਰ ਕੇ ਤੁਸੀਂ ਸੀਮੈਂਟ ਵਾਲਾ 'ਚ ਲਿਆ ਸਕਦੇ, ਉਨੀ ਵੱਧ ਤੋਂ ਵੱਧ ਲੈ ਕੇ ਪਹੁੰਚੋ, 150-200 ਮੀਟਰ ਤੱਕ ਬੰਨ ਟੁੱਟ ਚੁੱਕਿਆ ਤੇ ਪਿੰਡਾਂ ਨੂੰ ਪਾਣੀ ਜਾ ਰਿਹਾ, ਦਰਿਆ ਦਾ ਪਾਣੀ ਸਾਰਾ ਪਿੰਡਾਂ ਨੂੰ। ਆਹ ਦੇਖ ਲਓ, ਦੁਬਾਰਾ ਦਿਖਾ ਦਿੰਦੇ ਹਾਂ, ਦਰਿਆ ਦਾ ਆਹ ਸਾਡੇ ਵਾਲੀ ਟੀਮ ਪਹੁੰਚੀ ਹੋਈ, ਉੱਥੇ ਪਹਿਲਾਂ ਅਸੀਂ ਉੱਥੇ ਕੰਮ ਕਰ ਰਹੇ ਸੀ, ਨੇੜੇ ਕਰਕੇ ਦਿਖਾਵਾਂ। ਹੁਣ ਅਸੀਂ ਇਹਦੇ ਵਿੱਚ ਬੋਟ ਦੇ ਵਿੱਚ ਇੱਧਰ ਆਏ ਹਾਂ ਕਿਉਂਕਿ ਇੱਧਰ ਹੈ ਨਹੀਂ ਸੀ ਟੀਮ। ਸੋ ਮੈਨ ਪਾਵਰ ਦੀ ਬਹੁਤ ਜ਼ਿਆਦਾ ਲੋੜ ਆ ਜੀ ਇੱਥੇ, ਅਤੇ ਹਾਂਜੀ ਪਾਣੀ ਦੀ ਲੋੜ ਨਹੀਂ ਗੀ, ਮੈਨ ਪਾਵਰ ਦੇ ਬੱਟੇ ਚਾਹੀਦੇ ਆ, ਵੱਧ ਤੋਂ ਵੱਧ ਟਰੱਕ ਭਰ ਕੇ। ਚੰਗੀ ਤਰ੍ਹਾਂ ਦੱਸੋ, ਪ੍ਰਦਾਦਾ ਪਾਣੀ ਦਾ ਤਾਂ ਹਰੇਕ ਪ੍ਰਬੰਧ ਕਰ ਰਿਹਾ, ਹੋਰ ਵੀ ਹਰੇਕ ਵਸਤੂਆਂ ਲੈ ਕੇ ਆ ਰਹੇ ਆ ਇੱਥੇ। ਹੁਣ ਵੱਧ ਤੋਂ ਵੱਧ ਮਿੱਟੀ ਦੇ ਗੱਟੇ, ਟਰਾਲੀਆਂ ਵੱਧ ਤੋਂ ਵੱਧ ਭਰ ਕੇ ਜਿੱਥੇ ਬੰਨ ਟੁੱਟਿਆ ਉੱਥੇ ਲੈ ਕੇ ਪਹੁੰਚੋ। ਸਾਰੇ ਵੀਰਾਂ ਨੂੰ ਬੇਨਤੀ ਆ, ਨੇੜੇ ਤੇੜੇ ਜਿੱਥੋਂ ਵੀ ਸੰਗਤ ਜਿੰਨਾ ਵੀ ਮਿੱਟੀ ਦੇ ਗੱਟੇ ਲਿਆ ਸਕਦੀ ਆ, ਵੱਧ ਤੋਂ ਵੱਧ ਲੈ ਕੇ ਇੱਥੇ ਬੰਨ ਤੇ ਪਹੁੰਚੋ। ਦੇਖ ਲਓ ਜੀ, ਦੁਬਾਰਾ ਫੇਰ ਉਹੀ ਰਿਕੁਐਸਟ ਆ, ਦਰਿਆ ਦਾ ਪਾਣੀ ਐ ਲਗਾਤਾਰ ਵਹਿੰਦਾ ਜਾ ਰਿਹਾ ਆ, ਸਿਚੁਏਸ਼ਨ ਸਾਹਮਣੇ ਆ, ਵਿੱਚੋਂ ਟਾਈਮ ਕੱਢ ਕੇ ਤੁਹਾਨੂੰ ਬੇਨਤੀ ਕਰਨ ਲਈ ਆਏ ਆ। ਸਰਕਾਰਾਂ ਤੋਂ ਉਮੀਦ ਨਾ ਕਰੀਏ ਜੀ, ਸਰਕਾਰ ਦੀ ਜਿਹੜੀ ਇੱਥੇ ਪਰਫਾਰਮੈਂਸ ਆ ਉਹ ਬਿਲਕੁਲ ਜ਼ੀਰੋ ਆ। ਸਰਕਾਰ ਇੱਥੇ ਕੁਛ ਨਹੀਂ ਕਰ ਰਹੀ, ਮੈਨੂੰ ਤਾਂ ਇੱਥੇ ਦੇ SDM MLA ਸਾਰੇ ਸੁੱਤੇ ਲੱਗਦੇ ਆ। ਜੇ ਚਾਹੁਣ ਤਾਂ ਕਿਉਂ ਨਹੀਂ ਇਹ ਬੰਨ ਭਰਿਆ ਜਾ ਸਕਦਾ, ਕੋਈ ਵੱਡੀ ਗੱਲ ਨਹੀਂ ਹੈਗੀ। ਇੱਥੇ ਗਿਣ ਕੇ ਸਾਰਾ ਅਸੀਂ 100 ਬੰਦਾ ਆ ਜਿਹੜਾ ਕੰਮ ਕਰ ਰਹੇ ਹਾਂ, ਮੇਰੇ ਵਰਗੇ ਨੇ ਵੀ, ਮੇਰਾ ਵੀ ਅੱਜ ਇੱਕ ਲਾਸਟ ਡੇ ਆ ਕਿਉਂਕਿ ਮੇਰਾ ਵੀ ਕੋਰਟ 'ਚ ਜਾਣਾ, ਮੇਰੇ ਉੱਧਰਲੇ ਕੰਮ ਵੀ ਜਿਹੜੇ ਹੈਗੇ ਆ ਉਹ ਰਹਿ ਰਹੇ ਆ, ਮੈਂ ਵੀ ਉੱਥੇ ਚਲੀ ਜਾਣਾ ਸਰ। ਅਤੇ ਵੱਧ ਤੋਂ ਵੱਧ ਲੋਕ ਇੱਥੇ ਆ ਕੇ ਜੀ ਮਦਦ ਕਰਨ। ਦੇਖ ਲਓ, ਮੈਂ ਦੁਬਾਰਾ ਫਿਰ ਸਿਚੁਏਸ਼ਨ ਦਿਖਾ ਦਿੰਦੀ ਹਾਂ, ਆਹ ਲਗਾਤਾਰ ਪਾਣੀ ਪਿੰਡਾਂ ਵਿੱਚ ਨੂੰ ਜਾ ਰਿਹਾ ਆ, ਅਤੇ ਪਿੰਡਾਂ ਦੇ ਪਿੰਡ ਦਰਜਨਾਂ ਪਿੰਡ ਨੇ ਜਿਹੜੇ ਇੱਥੇ ਹਾਂ ਬਰਬਾਦ ਹੋ ਚੁੱਕੇ ਨੇ। ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਜਿੰਨੇ ਜਿੱਥੋਂ ਵੀ ਤੁਸੀਂ ਲਿਆ ਸਕਦੇ ਹੋ। ਰਾਸ਼ਨ ਬਹੁਤ ਆ ਚੁੱਕਿਆ ਆ, ਰਾਸ਼ਨ ਦਾ ਕੋਈ ਇਸ਼ੂ ਨਹੀਂ ਗਾ, ਜ਼ਿਆਦਾ ਲੋੜ ਆਪਾਂ ਨੂੰ ਹੈਗੀ ਆ ਇੱਥੇ ਬੱਟੇ ਰੋੜੇ ਅਤੇ ਮਿੱਟੀ ਦੇ ਗੱਟੇ, ਬੱਟਿਆਂ ਦੇ ਗੱਟੇ ਭਰ ਕੇ, ਤਾਂ ਕਿ ਆਪਾਂ ਬੰਨ ਆ ਨਾ ਜਿਹੜਾ ਉਹਨੂੰ ਬੰਨ ਸਕੀਏ, ਅਤੇ ਜਿਹੜਾ ਸਤਲੁਜ ਦਾ ਪਾਣੀ ਆ ਉਹ ਪਿੰਡਾਂ ਵੱਲ ਨੂੰ ਜਾਈ ਜਾਂਦਾ ਔਰ ਰੋਕੇ ਬਹੁਤ ਤੇਜ਼ੀ ਨਾਲ ਪਾਣੀ ਵੱਧ ਰਿਹਾ ਆ। ਸੋ ਬਸ ਇੰਨੀ ਕੁ ਬੇਨਤੀ ਕਰਦੇ, ਅਸੀਂ ਦੁਬਾਰਾ ਕੰਮ ਵੱਲ ਨੂੰ ਲੱਗਦੇ ਹੋਏ, ਠੀਕ ਹੈ ਜੀ। ਤੁਸੀਂ ਵੀਡੀਓ ਸ਼ੇਅਰ ਕਰ ਦਿਓ, ਵੱਧ ਤੋਂ ਵੱਧ
ਇਹ ਮੈਸੇਜ ਹੈ ਜਿਹੜਾ ਲੋਕਾਂ ਤੱਕ ਪਹੁੰਚਾ ਦਿਓ। ਸਾਡੇ ਨਾਲ ਸਿੱਖ ਰਿਲੀਫ ਲੱਗੀ ਹੋਈ ਹੈ, ਅਸੀਂ ਸਿੱਖ ਸਾਡੀ ਲੋਕ ਲਹਿਰ ਦੀ ਟੀਮ ਅਤੇ ਸਿੱਖ ਰਿਲੀਫ ਦੀ ਟੀਮ ਅਸੀਂ ਇਕੱਠੇ ਕੰਮ ਕਰ ਰਹੇ ਹਾਂ ਨਾਲ ਆਰਮੀ ਦੇ, ਅਤੇ ਥੋੜ੍ਹੇ ਜਿਹੇ ਲੋਕਲ ਲੋਕ ਵੀ ਇੱਥੋਂ ਹੈਗੇ ਨੇ ਜਿਹੜੇ ਕੰਮ ਕਰ ਰਹੇ ਨੇ। ਇਹ ਕਿੱਧਰ ਚੱਲਿਆ ਹੁਣ? ਦੂਜੇ ਪਾਸੇ? ਅੱਛਾ, ਉਧਰ ਜਾਣਾ। ਵਾਹ, ਬਹੁਤ ਤੇਜ਼ ਹੈ ਨਾ, ਬਹੁਤ ਜ਼ਿਆਦਾ ਤੇਜ਼ ਆ। ਹਟ ਹੀ ਨਹੀਂ ਰਿਹਾ ਪਾਣੀ, ਜਾਊ ਕਿੱਥੇ ਨਾ? ਅੱਗੇ ਦੀ ਅੱਗੇ, ਅੱਗੇ ਦੀ ਅੱਗੇ, ਹੈ ਨਾ? ਕਟਿੰਗ ਕਰੋ, ਸੁਣੋ, ਲਿਓ ਲਿਓ ਲਿਓ। ਜਿੰਨਾ ਮਾੜਾ ਮੋਟਾ ਪਾਣੀ ਸੁੱਕਦਾ ਆ ਉਹਨਾਂ ਫੇਰ ਹੋ ਜਾਂਦਾ। ਇਹ ਕਿੰਨੇ ਫੁੱਟ ਇਹਦਾ? ਇਹ ਤਾਂ 60 ਫੁੱਟ ਹੋਊ। ਇਹ ਕਿੰਨਾ? 24 ਫੁੱਟ? ਕਿੰਨਾ? ਨਹੀਂ ਨਹੀਂ ਨਹੀਂ, ਗਹਿਰਾਈ 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 40 ਫੀਟ 40 ਫੀਟ ਹੈ ਇਸਕੀ। 40 ਹੈ ਇਧਰ ਸਾਈਡ ਮੇ ਤਾਂ ਹੋਗੀ 15 ਫੁੱਟ। ਨਹੀਂ ਨਹੀਂ ਨਹੀਂ, ਇਧਰ ਕੰਮ ਹੈ। ਤੋ ਉਧਰ ਘਰੋਂ ਮੇ ਕਿੰਨਾ ਕਿੰਨਾ ਹੈ ਅਭੀ? 8 ਫੀਟ ਹੈ। ਪਹਿਲੇ 15 15 ਇਧਰ ਗਿਆ ਥਾ? ਨਹੀਂ 10 ਫੀਟ ਥਾ ਇਧਰ। 10 ਫੀਟ ਦਾ ਤਾਂ ਆਈ ਜਾਂਦਾ ਨਾ ਪਾਣੀ ਹੁਣ। ਬਾਤ ਤੋ ਇਹ ਹੈ ਜੇ ਇਹ ਘਰ ਖਾਲੀ ਕਰ ਦਈਏ ਗਏ ਜਾਂ ਇਧਰ ਹੀ ਹੈ ਲੋਕ? ਇੱਕ ਇੱਕ ਬੰਦਾ ਰਹਿੰਦਾ ਆ। ਸੋ ਸਰਕਾਰ ਤੋ ਮੈਕਸੀਮਮ ਜ਼ਰੂਰਤ ਜੋ ਹੈਗੀ ਆ ਤੁਹਾਨੂੰ ਦੱਸ ਹੀ ਦਿੱਤਾ ਆ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਮੈਸੇਜ ਪਹੁੰਚੇ, ਅਤੇ ਵੱਧ ਤੋਂ ਵੱਧ ਇੱਥੇ ਬੱਟੇ ਬੱਟੇ ਪੱਥਰ ਮਿੱਟੀ ਦੇ ਗੱਟੇ ਇੱਥੇ ਪਹੁੰਚਦੇ ਕੀਤੇ ਜਾਣ, ਅਤੇ ਜਿੰਨੇ ਵੀ ਲੋਕਲ ਲੋਕ ਆ ਅਤੇ ਅਸੀਂ ਦੁਬਾਰਾ ਗੱਟੇ ਸਿੱਟਣੇ ਸ਼ੁਰੂ ਕਰਦੇ। ਆਪਾਂ ਇਹ ਕਿਵੇਂ ਸਿੱਟਣੇ ਆ? ਏਦਾਂ ਹੀ ਸਿੱਟਣੀ ਆ, ਅਸੀਂ ਦਿਖਾਉਂਦੇ ਆ। ਮੈਂ ਹੁਣ ਥੋੜ੍ਹੀ ਦੇਰ ਰੈਸਟ ਲੈ ਕੇ ਦੇਖਦੀ ਹਾਂ। ਦੇਖੋ ਕੰਮ ਕਿਵੇਂ ਕਰਦੀ ਆ ਟੀਮ, ਹੁਣ ਮੈਂ ਥੋੜ੍ਹੀ ਦੇਰ ਰੈਸਟ ਕਰੂੰਗੀ। ਇਹ ਪਿੰਡ ਹੈਗਾ ਜਾਨੀਆਂ ਚਾਹਲ, ਜਾਨੀਆਂ ਚਾਹਲ ਪਿੰਡ ਆ, ਪੂਰਾ ਬੰਨ ਵਾਲਾ ਏਰੀਆ। ਲੋਕਾਂ ਨੇ ਤਾਂ ਬੰਨ ਵਾਲੇ ਏਰੀਆ ਦੇ ਵਿੱਚ ਵੀ ਘਰ ਬਣਾਏ ਹੋਏ ਨੇ। ਜਾਨੀਆਂ ਚੱਕ ਮੰਡਾਲਾ, ਆ ਜਾਨੀਆਂ ਉਹ ਚੱਕ ਮੰਡਾਲਾ। ਇਹ ਘਰ ਦੂਰ ਦੂਰ ਕਹਦੇ ਨੇ? ਨੀਚੇ ਵੀ ਤੋ ਹੈ ਇਦਾਂ ਦੇ ਕੱਟੇ। ਪਾਣੀ ਕਿਨੂੰ ਕਰ ਰਹੇ ਹੋ? ਸਮੋਕਰ ਬਣਾ ਮੈਂ ਟਿਕਟ।